ਛੋਟੇ ਸਾਹਿਬਜ਼ਾਦੇ, ਉਹਨਾਂ ਦੇ ਸ਼ਹਾਦਤ ਦਾ, ਉਹਨਾਂ ਦੇ ਸ਼ਹੀਦ ਹੋਣ ਦਾ ਮਕਸਦ ਕੀ ਹੈ ਇੱਕ ਮੁਸਲਮਾਨ ਦੇ ਜ਼ਬਾਨੀ? ਪਹਿਲੇ ਤਾਂ ਆਪਾਂ ਵੀਡੀਓ ਦੇਖਦੇ ਹਾਂ ਕਿ ਮੁਸਲਮਾਨ ਸ਼ਹੀਦਾਂ ਦੇ ਬਾਰੇ, ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਕੀ ਸਮਝਦੇ ਹੈ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਗੋ, ਇਹ ਜਿਹੜਾ ਸ਼ਹਾਦਤ ਦਾ ਮਹੀਨਾ ਹੈ, ਸਿਰਫ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਵੱਸਦੇ ਹੋਏ ਨਾਨਕ ਨਾਮਲੇਵਾ ਜਿਹੜੇ ਲੋਕ ਨੇ, ਉਹ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ, ਤਾਂ ਕਿ ਇਹ ਸਿਰਫ ਇੱਕ ਸ਼ਹਾਦਤ ਦਾ ਵਾਕਿਆ ਨਹੀਂ ਹੈ, ਇਹ ਸਾਡਾ ਉਹ ਵਿਰਸਾ ਹੈ, ਇਹ ਸਾਡੀ ਉਹ ਰੋਸ਼ਨੀ ਹੈ ਜਿਹਨੂੰ ਦੇਖ ਕੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਰਹੇ ਹਾਂ। ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕੀਤਾ ਹੈ ਕਿ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੰਗ ਦੀ ਇਬਤਦਾ ਕੀਤੀ, ਉਹਨਾਂ ਨੇ ਜਿਹੜੀ ਸ਼ਮਸ਼ੀਰ ਚੱਕੀ, ਉਹ ਇਸਲਾਮ ਦੇ ਖਿਲਾਫ ਨਹੀਂ, ਬਲਕਿ ਅਗਰ ਅਸੀਂ ਇਤਿਹਾਸ ਪੜ੍ਹਾਂਗੇ ਉਸ ਵੇਲੇ ਦੀ ਜ਼ਾਲਮ ਸਰਕਾਰਾਂ ਦੇ ਖਿਲਾਫ ਸੀ। ਤੇ ਤੁਸੀਂ ਕੀ ਸਮਝਦੇ ਹੋ ਸਾਨੂੰ ਕੀ ਸੁਨੇਹਾ ਮਿਲਦਾ ਹੈ? ਇਸ ਸ਼ਹਾਦਤ ਦਾ ਪਹਿਲਾ ਸੁਨੇਹਾ ਪੰਜਾਬ ਦੇ ਅਣਖੀ ਬੱਚਿਆਂ ਨੂੰ ਇਹ ਹੈ ਕਿ ਅਸੀਂ ਆਪਣੇ ਗੁਰੂ ਦੀ ਪੈਰਵੀ ਕਰਨੀ ਹੈ, ਆਪਣੇ ਮਾਂ ਬਾਪ ਦੀ ਪੈਰਵੀ ਕਰਨੀ ਹੈ, ਆਪਣੇ ਉਸਤਾਦ ਦੀ ਪੈਰਵੀ ਕਰਨੀ ਹੈ। ਬਿਲਕੁਲ ਸਹੀ ਗੱਲ ਹੈ। ਸਿਰਫ ਪੰਜਾਬ ਦੀ ਧਰਤੀ 'ਤੇ ਉਹ ਇਕੱਲੀ ਇੱਕ ਸ਼ਖਸੀਅਤ ਹੈ ਜਿਹਨਾਂ ਦੇ ਪਿਤਾ ਨੇ ਵੀ ਸ਼ਹਾਦਤ ਦਿੱਤੀ, ਜਿਹਨਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ, ਅਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਦੂਦ ਕਰ ਲਿਆ। ਅਸਲ ਗੱਲ ਜੇ ਹੈ, ਅਸਲ ਗੱਲ ਇਹ ਜਿਹੜਾ ਸ਼ਹਾਦਤ ਦਾ ਮਹੀਨਾ ਹੈ, ਸਿਰਫ ਪੰਜਾਬ ਹੀ ਨਹੀਂ ਪੂਰੀ ਦੁਨੀਆਂ ਦੇ ਵਿੱਚ ਵੱਸਦੇ ਹੋਏ ਨਾਨਕ ਨਾਮਲੇਵਾ ਜਿਹੜੇ ਲੋਕ ਨੇ, ਉਹ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਦੇ ਨੇ, ਤਾਂ ਕਿ ਇਹ ਸਿਰਫ ਇੱਕ ਸ਼ਹਾਦਤ ਦਾ ਵਾਕਿਆ ਨਹੀਂ ਹੈ, ਇਹ ਸਾਡਾ ਉਹ ਵਿਰਸਾ ਹੈ, ਇਹ ਸਾਡੀ ਉਹ ਰੋਸ਼ਨੀ ਹੈ ਜਿਹਨੂੰ ਦੇਖ ਕੇ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਰਹੇ ਹਾਂ। ਮੈਂ ਅੱਜ ਬੜਾ ਰਿਣੀ ਹਾਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ, ਔਰ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਅਲਾਇੰਸ ਆਫ ਸਿੱਖ ਤੋਂ ਸਰਦਾਰ ਪਰਮਪਾਲ ਸਿੰਘ ਜੀ ਔਰ ਸਰਦਾਰ ਸੁਖਦੇਵ ਸਿੰਘ ਜੀ ਫਗਵਾੜਾ ਹੋਰਾਂ ਨੇ ਇੱਕ ਮਸ਼ਵਰਾ ਕਰਕੇ ਪਹਿਲੀ ਵਾਰ ਅਸੀਂ ਪੰਜਾਬ ਦੇ ਸਾਰੇ ਉਹਨਾਂ ਬੱਚਿਆਂ ਦੇ ਨਾਲ ਸਿੱਖਿਆ ਵਿਭਾਗ ਦੇ ਵੱਲੋਂ ਰੂਬਰੂ ਹੋ ਰਹੇ ਹਾਂ, ਅਤੇ ਇਸ ਲਈ ਸਭ ਤੋਂ ਪਹਿਲਾਂ ਮੈਂ ਸਾਰੇ ਸੁਣ ਰਹੇ ਬੱਚਿਆਂ ਨੂੰ, ਅਧਿਆਪਕਾਂ ਨੂੰ, ਸਿੱਖਿਆ ਮੰਤਰੀ ਜੀ ਨੂੰ, ਤੁਹਾਨੂੰ ਸਭ ਨੂੰ ਆਪਣੇ ਵੱਲੋਂ ਸਲਾਮ ਪੇਸ਼ ਕਰਦਾ। ਔਰ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਸ਼ਹਾਦਤ ਦੇ ਮਕਸਦ ਨੂੰ ਹਮੇਸ਼ਾ ਸਮਝੀਦਾ, ਔਰ ਮੈਨੂੰ ਬਾਰ ਬਾਰ ਹਮੇਸ਼ਾ ਮੇਰੀ ਅਕਸਰ ਸਿੱਖ ਇਤਿਹਾਸ ਦੇ ਉੱਤੇ ਚਰਚਾ ਲੋਕਾਂ ਨਾਲ ਹੁੰਦੀ ਹੈ, ਅਕਸਰ ਗੁਰਦੁਆਰਾ ਸਾਹਿਬਾਨ 'ਚ ਮੇਰਾ ਜਾਣਾ ਹੁੰਦਾ ਹੈ, ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਬੜਾ ਮਾਣ ਮਹਿਸੂਸ ਕੀਤਾ ਹੈ ਕਿ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਜੰਗ ਦੀ ਇਬਤਦਾ ਕੀਤੀ, ਉਹਨਾਂ ਨੇ ਜਿਹੜੀ ਸ਼ਮਸ਼ੀਰ ਚੱਕੀ, ਉਹ ਇਸਲਾਮ ਦੇ ਖਿਲਾਫ ਨਹੀਂ, ਬਲਕਿ ਅਗਰ ਅਸੀਂ ਇਤਿਹਾਸ ਪੜ੍ਹਾਂਗੇ ਉਸ ਵੇਲੇ ਦੀ ਜ਼ਾਲਮ ਸਰਕਾਰਾਂ ਦੇ ਖਿਲਾਫ ਸੀ, ਤਾਂ ਹੀ ਇਸਲਾਮ ਦੇ ਮੰਨਣ ਵਾਲੇ ਨਬੀ ਖਾਂ ਅਤੇ ਗਨੀ ਖਾਂ ਨੇ ਹਜ਼ਰਤ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ, ਤਾਂ ਹੀ ਪੀਰ ਬੁੱਧੂ ਸ਼ਾਹ ਨੇ ਆਪਣੇ ਬੱਚਿਆਂ ਦੀ ਸ਼ਹਾਦਤ ਜਿਹੜੀ ਹੈ ਉਹਨਾਂ ਦੀ ਪੈਰਵੀ ਦੇ ਵਿੱਚ ਦਿੱਤੀ ਹੈ। ਅਤੇ ਇਹਨਾਂ ਦਾ ਪੈਗਾਮ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਸਮਝਾਈ ਕਿ ਜਦ ਵੀ ਕੋਈ ਸ਼ਖਸੀਅਤ ਹੱਕ ਔਰ ਇਨਸਾਫ ਦੇ ਲਈ ਅੱਗੇ ਵਧੇਗੀ,
ਅੱਜ ਵੀ ਇਹ ਜਿਹੜੀ ਸਾਂਝ ਹੈ ਗੁਰੂਆਂ ਦੇ ਨਾਲ ਪਾਈ ਹੋਈ, ਭਾਈ ਮਰਦਾਨੇ ਤੋਂ ਲੈ ਕੇ ਨਬੀ ਖਾਂ ਗਨੀ ਖਾਂ ਤੱਕ, ਔਰ ਫਿਰ ਪੀਰ ਬੂਦੂ ਸ਼ਾਹ ਰਹਿਮਤੁੱਲਾ ਅਲੈਹ ਦੇ ਬੱਚਿਆਂ ਦੀ ਸ਼ਹਾਦਤ ਤੱਕ, ਇਹ ਜਿਹੜੀ ਸਾਂਝ ਹੈ ਇਸ ਸਾਂਝ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਅੱਜ ਤੁਹਾਡੇ ਦਰਮਿਆਨ ਮੌਜੂਦ ਹਾਂ। ਫਿਰ ਮੈਂ ਆਪਣੇ ਬੱਚਿਆਂ ਨੂੰ ਕਹਿਣਾ ਚਾਹੁੰਦਾ, ਪੰਜਾਬ ਦੇ ਬੱਚਿਆਂ ਨੂੰ ਖਾਸ ਕਰ, ਕਿ ਅਸੀਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਅਗਰ ਉਮਰ ਦੇਖਦੇ ਹਾਂ ਔਰ ਉਮਰ ਤੋਂ ਬਾਅਦ ਅਗਰ ਉਹਨਾਂ ਦਾ ਜਜ਼ਬਾ ਦੇਖਦੇ ਹਾਂ, ਤਾਂ ਤੁਸੀਂ ਕੀ ਸਮਝਦੇ ਹੋ ਸਾਨੂੰ ਕੀ ਸੁਨੇਹਾ ਮਿਲਦਾ ਹੈ? ਇਸ ਸ਼ਹਾਦਤ ਦਾ ਪਹਿਲਾ ਸੁਨੇਹਾ ਪੰਜਾਬ ਦੇ ਅਣਖੀ ਬੱਚਿਆਂ ਨੂੰ ਇਹ ਹੈ ਕਿ ਅਸੀਂ ਆਪਣੇ ਗੁਰੂ ਦੀ ਪੈਰਵੀ ਕਰਨੀ ਹੈ, ਆਪਣੇ ਮਾਂ ਬਾਪ ਦੀ ਪੈਰਵੀ ਕਰਨੀ ਹੈ, ਆਪਣੇ ਉਸਤਾਦ ਦੀ ਪੈਰਵੀ ਕਰਨੀ ਹੈ। ਅਣਖ ਦਾ ਮਤਲਬ ਕਿਸੇ ਦੇ ਨਾਲ ਬਿਲਾ ਵਜ੍ਹਾ ਲੜਨਾ ਨਹੀਂ ਹੁੰਦਾ, ਅਣਖ ਦਾ ਮਤਲਬ ਆਪਣੇ ਅਸੂਲਾਂ ਦੇ ਉੱਤੇ ਕਾਇਮ ਰਹਿਣਾ ਹੁੰਦਾ। ਅਤੇ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਫਤਿਹ ਸਿੰਘ ਜੀ ਦੀ, ਸਾਹਿਬਜ਼ਾਦਿਆਂ ਦੀ ਹੈ ਸ਼ਹਾਦਤ, ਔਰ ਉਹਨਾਂ ਦੇ ਦੂਸਰੇ ਭਰਾਵਾਂ ਨੂੰ ਦੇਖ ਲਓ। ਸਾਹਿਬਜ਼ਾਦਾ ਅਜੀਤ ਸਿੰਘ ਜੀ ਐਸੀ ਹਾਲਤ ਦੇ ਵਿੱਚ ਜੰਗ ਲਈ ਲੜਨ ਲਈ ਨਿਕਲੇ, ਜਦ ਸਾਥੀਆਂ ਨੇ ਕਈਆਂ ਨੇ ਕਿਹਾ ਕਿ ਸਾਹਮਣੇ ਫੌਜ ਬਹੁਤ ਵੱਡੀ ਹੈ, ਲੇਕਿਨ ਉਹਨਾਂ ਨੇ ਫੌਜ ਦੀ ਪਰਵਾਹ ਨਹੀਂ ਕੀਤੀ, ਆਪਣੇ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਕਸਦ ਨੂੰ ਆਪਣੇ ਸਾਹਮਣੇ ਰੱਖਿਆ, ਆਪਣੇ ਟੀਚੇ ਨੂੰ ਆਪਣੇ ਸਾਹਮਣੇ ਰੱਖਿਆ। ਅੱਜ ਅਗਰ ਅਸੀਂ ਇਸ ਸ਼ਹਾਦਤ ਨੂੰ ਸੱਚਾ ਸਲਾਮ ਦੇਣਾ ਚਾਹੁੰਦੇ ਹਾਂ, ਕਿ ਅਸੀਂ ਆਪਣੇ ਸਾਹਿਬਜ਼ਾਦਿਆਂ ਵਾਂਗੂ ਸੱਚ ਬੋਲਣ ਦੀ ਜ਼ਰੂਰਤ ਰੱਖਦੇ ਹਾਂ, ਕਿ ਅਸੀਂ ਉਸ ਟੀਚੇ ਦੇ ਉੱਤੇ ਕਾਇਮ ਰਹਿ ਸਕਦੇ ਹਾਂ ਜਿਹੜਾ ਟੀਚਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਔਰ ਫਤਿਹ ਸਿੰਘ ਨੇ ਨੀਹਾਂ 'ਚ ਖੜ੍ਹੇ ਹੋ ਕੇ ਦਿੱਤਾ? ਜਦ ਨੀਹਾਂ 'ਚ ਚਿਨਣ ਵਾਲੇ ਲੋਕ ਘਬਰਾ ਗਏ, ਜਦ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ, ਜਦ ਸੂਬਾ ਸਰਹੰਦ ਦੀ ਬੀਵੀ ਜਿਹੜੀ ਹੈ ਉਹ ਤੜਪ ਗਈ ਇੱਕ ਵਾਰੀ, ਉਸ ਤੋਂ ਬਾਵਜੂਦ ਸਾਹਿਬਜ਼ਾਦੇ ਆਪਣੀ ਮਾਤਾ ਨੂੰ ਆਪਣੀ ਦਾਦੀ ਨੂੰ ਕਹਿੰਦੇ ਨੇ ਕਿ ਤੁਸੀਂ ਸਾਡਾ ਕਦੀ ਸਾਥ ਨਹੀਂ ਛੱਡਿਆ, ਅਸੀਂ ਚੱਲੇ ਹਾਂ, ਤੁਸੀਂ ਵੀ ਪਿੱਛੇ ਪਿੱਛੇ ਆ ਜਾਓ। ਅੱਜ ਦਾ 6 ਸਾਲ ਦਾ ਬੱਚਾ, ਸਾਡਾ 10 ਸਾਲ ਦਾ ਬੱਚਾ, ਉਹ ਤਾਂ ਮਾਂ ਬਾਪ ਦਾ ਕਹਿਣਾ ਮੰਨਣ ਲਈ ਤਿਆਰ ਨਹੀਂ ਹੈ, ਮਾਂ ਬਾਪ ਦੀ ਗੱਲ ਸੁਣਨ ਲਈ ਤਿਆਰ ਨਹੀਂ, ਉਸਤਾਦ ਦੀ ਗੱਲ ਸੁਣਨ ਲਈ ਤਿਆਰ ਨਹੀਂ। ਇਹ ਸ਼ਹਾਦਤ ਉਹਨਾਂ ਬੱਚਿਆਂ ਦੇ ਲਈ ਵੀ ਇੱਕ ਸੀਖ ਹੈ, ਸਾਨੂੰ ਦੱਸਦੀ ਹੈ ਇਹ ਸ਼ਹਾਦਤ ਕਿ ਅੱਜ ਪੂਰੀ ਦੁਨੀਆ 'ਚ ਅਸੀਂ ਜਿਹੜਾ ਨਾਮ ਕਮਾਇਆ। ਮੈਂ ਇੱਕ ਗੱਲ ਵਾਰ ਵਾਰ ਲੋਕਾਂ ਨੂੰ ਕਹਿੰਦਾ ਹੁੰਦਾ, ਧੰਨ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਪੰਜਾਬ ਜਿਹੜਾ ਹੈ ਨਾ, ਇਹ ਗੁਰੂ ਪੰਜਾਬ ਦੇ ਨਾਂ ਤੋਂ ਨਹੀਂ ਜਾਣੇ ਜਾਂਦੇ, ਗੁਰੂਆਂ ਦੇ ਨਾਂ ਤੋਂ ਪੰਜਾਬ ਜਾਣਿਆ ਜਾਂਦਾ ਹੈ। ਇਸ ਗੱਲ ਨੂੰ ਆਪਣੀ ਦਿਲ ਦੀ ਤਖਤੀ ਦੇ ਉੱਤੇ ਲਿਖੋ, ਔਰ ਉਸ ਠੰਡੇ ਬੁਰਜ ਨੂੰ ਕਦੀ ਜਾ ਕੇ ਦੇਖੋ, ਔਰ ਜਿੱਥੇ ਸ਼ਹਾਦਤ ਹੋਈ ਉਸ ਜਗ੍ਹਾ 'ਤੇ ਅਗਰ ਜਾਓਗੇ, ਜੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਸੀ, ਔਰ ਜਦ ਕਲਮ ਚੱਕਿਆ ਵਕਤ ਦੇ ਹੁਕਮਰਾਨਾਂ ਨੇ ਔਰ ਬਥੇਰਿਆਂ ਨੇ ਕਿਹਾ ਵੀ ਤੂੰ ਮੁਸਲਮਾਨ ਹੋ ਕੇ ਵਕਤ ਦੇ ਮੁਸਲਮਾਨ ਹਾਕਮ ਦੇ ਖਿਲਾਫ ਲਿਖੇਗਾ, ਲੇਕਿਨ ਮੁਸਲਮਾਨ ਵੀ ਉਹ ਹੁੰਦਾ ਜਿਹੜਾ ਸੱਚ ਔਰ ਇਨਸਾਫ਼ ਦੇ ਲਈ ਜ਼ਾਲਮ ਦੇ ਖਿਲਾਫ ਲਿਖੇ, ਜਿਹੜਾ ਵਕਤ ਦੇ ਹੁਕਮਰਾਨਾਂ ਦੇ ਅੱਗੇ ਝੁਕ ਜਾਏ। ਮੈਂ ਉਹ ਸਮਝਦਾ ਉਹ ਚੰਗਾ ਮੁਸਲਮਾਨ ਵੀ ਨਹੀਂ ਹੋ ਸਕਦਾ। ਅੱਜ ਮੈਂ ਵਾਰ ਵਾਰ, ਅਸੀਂ ਜਦ ਉਸ ਸ਼ਹਾਦਤ ਨੂੰ ਯਾਦ ਕਰਦੇ ਹਾਂ, ਅਕਸਰ ਮੈਂ ਕਈ ਵਾਰ ਇਕੱਲਾ ਬੈਠ ਕੇ, ਖਾਸ ਕਰ ਜਦੋਂ ਸਾਹਿਬ ਸ਼੍ਰੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਿਕਰ ਆਉਂਦਾ ਹੈ, ਅਤੇ ਜਿਸਮ 'ਚ ਅਜੀਬ ਜੀ ਹਰਾਰਤ ਪੈਦਾ ਹੋ ਜਾਂਦੀ ਹੈ ਕਿ ਸਿਰਫ ਪੰਜਾਬ ਦੀ ਧਰਤੀ 'ਤੇ ਉਹ ਇਕੱਲੀ ਇੱਕ ਸ਼ਖਸੀਅਤ ਹੈ ਜਿਨ੍ਹਾਂ ਦੇ ਪਿਤਾ ਨੇ ਵੀ ਸ਼ਹਾਦਤ ਦਿੱਤੀ, ਜਿਨ੍ਹਾਂ ਦੇ ਸਾਰੇ ਖਾਨਦਾਨ ਨੇ ਵੀ ਸ਼ਹਾਦਤ ਦਿੱਤੀ, ਅਤੇ ਅੱਜ ਅਸੀਂ ਉਸ ਸ਼ਹਾਦਤ ਨੂੰ ਸਿਰਫ ਗਾਣਿਆਂ ਤੱਕ ਮਹਦੂਦ ਕਰ ਲਿਆ। ਅਸੀਂ ਉਸ ਸ਼ਹਾਦਤ ਨੂੰ ਇੱਕ ਰਸਮ ਸਮਝਣ ਲੱਗ ਪਏ ਹਾਂ। ਰਸਮ ਉਹ ਨਹੀਂ ਹੈ, ਕਿਸੇ ਨੇ ਕਿਹਾ ਕਿ ਫਨਾ ਫਿੱਲਾ ਕੀ ਮਜ਼ਹਰ ਮੇਂ ਬਕਾ ਕਾ ਰਾਜ਼ ਮੁਜ਼ਮਿਰ ਹੈ। ਉਹ ਕਹਿੰਦਾ ਜਿਹੜਾ ਮਿਟ ਜਾਣ ਵਾਲੀ ਗੱਲ ਹੈ ਨਾ, ਇਹਦੇ ਅੰਦਰ ਜਦੋਂ ਜਾਓਗੇ ਤੇ ਉਹਦੇ 'ਚ ਹੀ ਬਕਾ ਯਾਨੀ ਤਰੱਕੀ ਲਿਖੀ ਹੋਈ ਹੈ। ਫਨਾ ਫਿੱਲਾ ਕੀ ਮਜ਼ਹਰ ਮੇਂ ਬਕਾ ਕਾ ਰਾਜ਼ ਮੁਜ਼ਮਿਰ ਹੈ, ਜਿਹਨੇ ਮਰਨਾ ਨਹੀਂ ਆਤਾ ਉਹਨੇ ਜੀਣਾ ਨਹੀਂ ਆਤਾ। ਜਿਹੜੇ ਮਰਨ ਦਾ ਜਜ਼ਬਾ ਨਹੀਂ ਰੱਖਦੇ, ਜਿਹੜੇ ਕੌਮ ਲਈ ਕੁਛ ਕਰ ਗੁਜ਼ਰਨ ਦਾ ਜਜ਼ਬਾ ਨਹੀਂ ਰੱਖਦੇ, ਉਹ ਲੋਕ ਜੀ ਨਹੀਂ ਸਕਦੇ।
ਮੈਂ ਬਾਰ ਬਾਰ ਜਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦਾ, ਮੇਰਾ ਦਿਲ ਬਾਰ ਬਾਰ ਇਹ ਕਹਿੰਦਾ, ਅਸੀਂ ਆਪਣੇ ਆਉਣ ਵਾਲੀ ਨਸਲਾਂ ਨੂੰ ਸਮਝਾਉਂਦੇ ਹਾਂ ਕਿ ਦੇਖੋ ਇਹਨਾਂ ਬੱਚਿਆਂ ਨੇ ਸ਼ਹਾਦਤ ਇਸ ਤਰ੍ਹਾਂ ਦਿੱਤੀ ਕਿ ਆਪਣੇ ਗੁਰੂ ਪਿਤਾ ਦੀ ਪੈਰਵੀ ਦੇ ਉੱਤੇ ਕਾਇਮ ਸੀ। ਇਹ ਕਿਉਂ ਭੁੱਲ ਜਾਂਦੇ ਹੋ ਕਿ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਕਿਹਨੇ ਸਮਝਾਇਆ ਕਿ ਤੁਸੀਂ ਆਪਣੇ ਖੁਦਾ ਦੇ ਲਈ, ਆਪਣੇ ਰੱਬ ਦੇ ਲਈ, ਵਾਹਿਗੁਰੂ ਦੇ ਲਈ ਕੁਰਬਾਨੀ ਦੇਣੀ ਹੈ? ਉਹਨਾਂ ਬੱਚਿਆਂ ਦੀ ਇਹ ਤਰਬੀਅਤ ਕਿਹਨੇ ਕੀਤੀ ਕਿ ਜਦ ਜ਼ਾਲਿਮ ਦੀ ਕਚਹਿਰੀ 'ਚ ਜਾਓਗੇ ਉੱਥੇ ਸੱਚ ਬੋਲਣ ਤੋਂ ਇਨਕਾਰ ਨਹੀਂ ਕਰਨਾ? ਉਹਨਾਂ ਨੂੰ ਇਹ ਤਰਬੀਅਤ ਕਿਹਨੇ ਦਿੱਤੀ? ਇਹ ਸਿੱਖਿਆ ਉਹਨਾਂ ਨੂੰ ਕਿੱਥੋਂ ਮਿਲੀ ਹੈ ਕਿ ਜਦ ਤੁਹਾਡੇ ਲਈ ਮੌਤ ਦਾ ਸਜ਼ਾ ਦਾ ਵੀ ਐਲਾਨ ਹੋ ਜਾਏ ਤਾਂ ਫਿਰ ਆਪਣੀ ਪੱਗ, ਆਪਣਾ ਸਿਰ ਨੀਵਾਂ ਨਹੀਂ ਕਰਨਾ, ਉੱਚਾ ਰੱਖਣਾ ਹੈ? ਇਹ ਸਿੱਖਿਆ ਉਹਨਾਂ ਨੂੰ ਗੁਰੂ ਨੇ ਦਿੱਤੀ, ਉਹਨਾਂ ਦੇ ਪਿਤਾ ਨੇ ਦਿੱਤੀ, ਉਹਨਾਂ ਦੀ ਮਾਤਾ ਨੇ ਦਿੱਤੀ। ਅਤੇ ਮੈਂ ਅੱਜ ਦੇ ਮੌਕੇ 'ਤੇ ਪੂਰੇ ਪੰਜਾਬ ਦੇ ਔਰ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਵੀ ਉਹਨਾਂ ਚੰਗੇ ਮਾਂ ਬਾਪ 'ਚ ਕਿਆ ਬਣਨਾ ਚਾਹੁੰਦੇ ਹਾਂ ਕਿ ਅਸੀਂ ਵੀ ਆਪਣੀ ਔਲਾਦ ਨੂੰ ਕਦੀ ਸਿੱਖਿਆ ਦਿੱਤੀ ਹੈ ਕਿ ਜਿਹੜਾ ਰਾਹ 'ਚ ਗਰੀਬ ਆਦਮੀ ਜਾ ਰਿਹਾ ਉਹਦਾ ਸਤਿਕਾਰ ਕਰ ਲਈਏ, ਕਿ ਜਿਹੜਾ ਸਾਡਾ ਉਸਤਾਦ, ਸਾਡਾ ਟੀਚਰ, ਭਾਵੇਂ ਉਹ ਸਾਡੇ ਤੋਂ ਨੀਵੇਂ ਕਰਦਾ, ਹਮੇਸ਼ਾ ਅਸੀਂ ਉਹਦੇ ਅੱਗੇ ਹੱਥ ਬੰਨ ਕੇ ਖੜ੍ਹੇ ਹੋਈਏ? ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਹਾਂ ਕਿ ਆਪਣੇ ਦਾਦਾ ਦਾਦੀ ਦੇ ਸਾਹਮਣੇ ਨਹੀਂ ਬੋਲਣਾ? ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇ ਰਹੇ ਹਾਂ ਕਿ ਮਾਂ ਬਾਪ ਦਾ ਕਹਿਣਾ ਮੰਨਣਾ, ਇਹਨਾਂ ਨੇ ਜੋ ਖਾਣ ਲਈ ਦੇ ਦਿੱਤਾ ਉਹੀ ਖਾ ਕੇ ਰੱਬ ਦਾ ਸ਼ੁਕਰ ਅਦਾ ਕਰਨਾ ਹੈ? ਇਹ ਇਸ ਸ਼ਹਾਦਤ ਦੀਆਂ ਉਹ ਰਿਵਾਇਤਾਂ ਹੈ ਜਿਹਨਾਂ ਰਿਵਾਇਤਾਂ ਨੂੰ ਅਸੀਂ ਭੁੱਲ ਗਏ, ਔਰ ਅਗਰ ਅਸੀਂ ਰਿਵਾਇਤਾਂ ਨੂੰ ਭੁੱਲਾਂਗੇ ਤਾਂ ਫਿਰ ਉਹ ਅੱਛੇ ਬੰਦੇ ਨਹੀਂ ਬਣਾਂਗੇ। ਇਹਨਾਂ ਰਿਵਾਇਤਾਂ ਨੂੰ ਯਾਦ ਕਰਨਾ ਹੈ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜ੍ਹਦੇ ਹਾਂ ਜਦੋਂ ਅਸੀਂ ਹਲਾਲ ਖਾਂਦੇ ਹਾਂ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜ੍ਹਦੇ ਹਾਂ ਜਦੋਂ ਅਸੀਂ ਆਪਣੇ ਮਾਂ ਬਾਪ ਦੇ ਵਫ਼ਾਦਾਰ ਬਣਦੇ ਹਾਂ। ਅਸੀਂ ਦੁਸ਼ਮਣ ਦੇ ਅੱਗੇ ਉਦੋਂ ਡਟ ਕੇ ਖੜ੍ਹਦੇ ਹਾਂ ਜਿਸੋਂ ਅਸੀਂ ਆਪਣੇ ਗੁਰੂ ਦੇ ਵਫ਼ਾਦਾਰ ਹੁੰਦੇ ਹਾਂ। ਔਰ ਜਿਹੜਾ ਬੰਦਾ ਥਾਂ ਥਾਂ ਗੁਰੂ ਬਦਲ ਲਵੇ ਔਰ ਥਾਂ ਥਾਂ ਆਪਣੇ ਸਜਦੇ ਦੀ ਜਗ੍ਹਾ ਬਦਲ ਲਏ, ਉਹ ਕਿੱਥੇ ਦਾ ਵਫ਼ਾਦਾਰ ਹੋ ਸਕਦਾ ਹੈ? ਇਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਕਚਹਿਰੀ ਦੇ ਵਿੱਚ ਕਿਹਾ ਨਾ ਸੂਬਾ ਸਰਹੰਦ ਨੂੰ, ਵਜ਼ੀਰ ਖਾਨ ਨੂੰ ਕਿਹਾ ਨਾ ਕਿ ਅਸੀਂ ਤੇਰਾ ਕਹਿਣਾ ਮੰਨਣ ਵਾਲੇ ਨਹੀਂ, ਜਦਕਿ ਕਾਜ਼ੀ ਵੀ ਕਹਿ ਰਿਹਾ ਕਿ ਇਸਲਾਮ ਇਸ ਗੱਲ ਤੋਂ ਮਨਾ ਕਰਦਾ ਹੈ। ਔਰ ਲੇਕਿਨ ਵਕਤ ਦਾ ਹੁਕਮਰਾਨ ਚਾਹੁੰਦਾ ਹੈ ਕਿ ਧਰਮ ਮੇਰੇ ਮੁਤਾਬਕ ਫੈਸਲਾ ਕਰੇ, ਭਾਵੇਂ ਉਸ ਵੇਲੇ ਦੇ ਕਾਜ਼ੀ ਨੇ ਉਸ ਵੇਲੇ ਦੇ ਬਾਦਸ਼ਾਹ ਦੇ ਮੁਤਾਬਕ ਫੈਸਲਾ ਕੀਤਾ, ਲੇਕਿਨ ਕੁਰਾਨ ਦੇ ਮੁਤਾਬਕ, ਇਸਲਾਮ ਦੇ ਮੁਤਾਬਕ ਉਹ ਕਾਜ਼ੀ ਵੀ ਜ਼ਾਲਮਾਂ 'ਚ ਲਿਖਿਆ ਗਿਆ, ਉਹ ਬਾਦਸ਼ਾਹ ਵੀ ਜ਼ਾਲਮਾਂ ਦੇ ਵਿੱਚ ਲਿਖਿਆ ਗਿਆ। ਅਤੇ ਆਓ ਇਸ ਸ਼ਹਾਦਤ ਨੂੰ ਇੱਕ ਵਾਰੀ ਅਸੀਂ ਸਲਾਮ ਕਰੀਏ, ਔਰ ਉਹ ਸਲਾਮ ਇੱਦਾਂ ਨਹੀਂ, ਉਹ ਸਲਾਮ ਇੱਦਾਂ ਕਰਨਾ ਹੈ ਕਿ ਅੱਜ ਅਸੀਂ ਇਸ ਗੱਲ ਦੇ ਉੱਤੇ ਪੱਕਾ ਪ੍ਰਣ ਕਰ ਲਈਏ ਕਿ ਮੈਂ ਵੀ ਬਾਬਾ ਜੀ ਵਾਂਗੂ ਝੂਠ ਨਹੀਂ ਬੋਲਣਾ, ਮੈਂ ਬਾਬਾ ਜੀ ਵਾਂਗੂ ਕਿਸੇ ਦਾ ਦਿਲ ਨਹੀਂ ਦੁਖਾਉਣਾ, ਮੈਂ ਅਗਰ ਸਮਾਂ ਆਇਆ ਤਾਂ ਬਾਬਾ ਜੀ ਵਾਂਗੂ ਸੱਚ ਬੋਲਣਾ ਹੈ, ਮੈਂ ਗਰੀਬ ਦੀ ਮਦਦ ਕਰਨੀ ਹੈ, ਮੈਂ ਆਪਣੇ ਮਾਂ ਬਾਪ ਦਾ ਸਤਿਕਾਰ ਕਰਨਾ ਹੈ, ਮੈਂ ਆਪਣੇ ਨਾਲ ਪੜ੍ਹਨ ਵਾਲਿਆਂ ਦਾ ਦਿਲ ਨਹੀਂ ਦੁਖਾਉਣਾ, ਮੈਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਹੈ। ਜਦ ਅਸੀਂ ਸ਼ਹਾਦਤ ਦੇ ਇਹਨਾਂ ਜ਼ੁਮਰਿਆਂ ਨੂੰ ਦੇਖਾਂਗੇ, ਇਹ ਤਾਂ ਬਹੁਤ ਉੱਚ ਚੋਟੀ ਦਾ ਪਰਿਵਾਰ ਹੈ ਜਿਹੜਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹੈ। ਮੈਂ ਬਹੁਤ ਛੋਟਾ ਸੀ, ਮੇਰੇ ਮਰਹੂਮ ਪਿਤਾ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਰਹਿਮਤੁੱਲਾ ਅਲੈਹ, ਹੁਣੀ 2-3 ਮਹੀਨੇ ਪਹਿਲਾਂ ਉਹਨਾਂ ਦਾ ਇੰਤਕਾਲ ਹੋ ਗਿਆ। ਸਾਨੂੰ ਬਾਰ ਬਾਰ, ਅਸੀਂ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੁੰਦੇ ਸੀ, ਸਾਨੂੰ ਕਹਿੰਦੇ ਸੀ ਕਿ ਇਸ ਇਤਿਹਾਸ ਦੇ ਵਿੱਚ ਅਗਰ ਸਭ ਤੋਂ ਕੋਈ ਵਲੀਏ ਕਾਮਲ ਹੈ, ਕੋਈ ਵਲੀਆਂ ਦਾ ਵੀ ਸਰਦਾਰ ਹੈ, ਇਸ ਧਰਤੀ 'ਤੇ ਕੋਈ ਪਹੁੰਚਿਆ ਹੋਇਆ ਬੰਦਾ ਹੈ, ਤਾਂ ਅੱਜ ਤੱਕ ਸ੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸੀਅਤ ਹੈ। ਆਨੰਦਪੁਰ ਸਾਹਿਬ ਦੀ ਧਰਤੀ, ਉਹ ਕੋਈ ਉੱਥੇ ਵਿਰਾਸਤ ਨਹੀਂ ਕਾਇਮ ਕੀਤੀ ਗਈ, ਬਲਕਿ ਅਜੀਤ ਨਕਾਲਾ ਰੋਜ਼ ਤਾਂ ਵੱਜਦਾ ਸੀ ਕਿ ਗਰੀਬ ਗੁਰੂ ਸਾਹਿਬ ਤੱਕ ਆ ਜਾਣ, ਆਪਣੀ ਮੁਰਾਦਾਂ ਪਾ ਲੈਣ। ਜਿਨ੍ਹਾਂ 'ਤੇ ਜ਼ੁਲਮ ਹੋਇਆ ਉਹ
ਇੱਥੇ ਤੱਕ ਆ ਜਾਣ, ਆਪਣੀ ਮੁਰਾਦਾ ਪਾਲਣ। ਵਕਤ ਦੇ ਹੁਕਮਰਾਨ, ਚਾਹੇ ਉਹਨਾਂ ਦਾ ਧਰਮ, ਚਾਹੇ ਉਹ ਪਹਾੜੀ ਹਿੰਦੂ ਰਾਜੇ ਹੋਣ, ਚਾਹੇ ਉਹ ਮੁਗਲ ਮੁਸਲਮਾਨ ਰਾਜੇ ਹੋਣ, ਲੇਕਿਨ ਹਮੇਸ਼ਾ ਯਾਦ ਰੱਖੋ, ਕਿਆਮਤ ਤੱਕ ਕਾਇਮ ਉਹਨੇ ਰਹਿਣਾ ਜਿਹਨੇ ਸੱਚ ਬੋਲਿਆ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚ ਦੇ ਉੱਤੇ ਪਹਿਰਾ ਦਿੱਤਾ, ਅੱਜ ਪੂਰੀ ਦੁਨੀਆ 'ਚ ਉਹਨਾਂ ਦਾ ਸਤਿਕਾਰ ਹੋ ਰਿਹਾ। ਅਤੇ ਆਓ ਇੱਕ ਵਾਰੀ ਪ੍ਰਣ ਕਰ ਲਈਏ। ਮੈਂ ਵਧਾਈ ਦੇਣਾ ਚਾਹੁੰਦਾ ਸਿੱਖਿਆ ਵਿਭਾਗ ਨੂੰ ਕਿ ਤੁਸੀਂ ਬੜਾ ਵੱਡਾ ਉਪਰਾਲਾ, ਔਰ ਮੈਂ ਸਮਝਦਾ ਕਿ ਇੱਕ ਸੱਚੀ ਸ਼ਰਧਾਂਜਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰੀ ਸਰਕਾਰੀ ਸਤ੍ਹਾ ਦੇ ਉੱਤੇ ਸਾਹਿਬਜ਼ਾਦਿਆਂ ਦਾ ਜ਼ਿਕਰ ਜਿਹੜਾ ਇੱਕੋ ਟਾਈਮ 'ਚ ਸਾਰੇ ਸਕੂਲਾਂ 'ਚ ਕੀਤਾ ਜਾ ਰਿਹਾ। ਮੈਂ ਸਾਰੇ ਬੱਚਿਆਂ ਨੂੰ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਤੋਂ ਆਪਣੇ ਅੰਦਰ ਕੋਈ ਤਬਦੀਲੀ ਲਿਆਉਣ ਦੇ ਲਈ ਅੱਗੇ ਵਧੋਗੇ, ਅਤੇ ਇਨਸ਼ਾ ਅੱਲਾਹ ਤਾਲਾ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਉਹ ਤੁਹਾਨੂੰ ਯਾਦ ਰੱਖਣਗੀਆਂ। ਇਹਨਾਂ ਹੀ ਅੱਖਰਾਂ ਦੇ ਨਾਲ ਇਜਾਜ਼ਤ। ਛੋਟੇ ਸਾਹਿਬਜ਼ਾਦੇ ਹੈਂ, ਆਏ ਹਾਏ ਹਾਏ ਹਾਏ। ਵੈਸੇ ਤੁਹਾਨੂੰ ਸਹੀ ਗੱਲ ਦੱਸਾਂ, ਮੌਲਾਨਾ ਉਸਮਾਨ ਲੁਧਿਆਣਵੀ ਸਾਹਿਬ ਦੀ ਜੇ ਗੱਲਾਂ ਬਾਤਾਂ ਸੁਣ ਕੇ ਇੱਕ ਜੋਸ਼ ਆ ਗਿਆ, ਇੱਕ ਜਜ਼ਬਾ ਆ ਗਿਆ, ਪਤਾ ਚੱਲ ਗਿਆ ਕਿ ਵੀ ਉਹਨਾਂ ਨੇ ਸ਼ਹਾਦਤ ਦਾ ਮਕਸਦ ਕੀ ਹੈ, ਅਸਲ ਉਹਨਾਂ ਨੇ ਸ਼ਹਾਦਤ ਦਿੱਤੀ ਕਿਉਂ ਹੈ। ਬਾਕੀ ਮੈਨੂੰ ਤਾਂ ਵੀਡੀਓ ਬੜੀ ਅੱਛੀ ਲੱਗੀ ਹੈ। ਜਿਹੜੀ ਮੈਨੂੰ ਗੱਲ 'ਚ ਬਹੁਤ ਜ਼ਿਆਦਾ ਲੱਗੀ, ਪਸੰਦ ਆਈ ਹੈ, ਨਾਲੇ ਸਮਝ ਆਈ ਹੈ ਕਿ ਉਹਨਾਂ ਦਾ ਮਕਸਦ ਕੀ ਸੀ, ਉਹਨਾਂ ਦਾ ਕਿ ਸ਼ਹੀਦੀ ਦਾ ਛੋਟੇ ਸਾਹਿਬਜ਼ਾਦਿਆਂ ਦਾ ਕੀ ਮਕਸਦ ਸੀ ਕਿ ਜ਼ਾਲਮ ਨੇ ਜੋ ਮਰਜ਼ੀ ਜ਼ਾਲਮ ਕਰ ਲਵੇ, ਤੁਹਾਨੂੰ ਮੌਤ ਦਾ ਭਾਵੇਂ ਸਜ਼ਾ ਮਿਲ ਲਵੇ, ਲੇਕਿਨ ਤੁਸੀਂ ਆਪਣੀ ਹੱਕ ਦੀ ਤੋਂ ਨਹੀਂ ਹਟਣਾ, ਹੱਕ ਦੀ ਗੱਲ ਕਰਨੀ, ਆਪਣੇ ਗੁਰੂ ਦੀ ਗੱਲ ਕਰਨੀ। ਵਜ਼ੀਰ ਖਾਨ ਨੇ ਨਹੀਂ, ਵਜ਼ੀਰ ਖਾਨ ਨੇ ਕੀ ਸਮਝਿਆ ਕਿ ਮੈਂ ਜਿੱਤ ਗਿਆ ਵੀ ਇਹੀ ਹੁੰਦਾ ਨਾ ਜੰਗ ਦੇ ਵਿੱਚ, ਮੈਂ ਜੰਗ ਵੱਡੇ ਸਾਹਿਬਜ਼ਾਦਿਆਂ ਨੂੰ ਹਰਾਤੀ, ਛੋਟੇ ਸਾਹਿਬਜ਼ਾਦਿਆਂ ਨੂੰ ਮੈਂ ਨੀਹਾਂ ਦੇ ਵਿੱਚ ਮੈਂ ਚਨਾ ਦਿੱਤਾ, ਮੈਂ ਜਿੱਤ ਗਿਆ। ਤਾਰੀਖ ਨੇ ਸਾਬਤ ਕੀ ਕੀਤਾ ਕਿ ਜਿੱਤਿਆ ਕੌਣ ਹੈ? ਅਸਲ ਗੱਲ ਇਹ ਕਿ ਜਿੱਤਿਆ ਕੌਣ ਹੈ? ਜਿੱਤਿਆ ਵੈ ਤਾਂ ਛੋਟੇ ਸਾਹਿਬਜ਼ਾਦੇ ਜਿੱਤੇ ਹੈ। ਅਤੇ ਅੱਛਾ, ਇੱਕ ਹੋਰ ਗੱਲ, ਇਸ ਤੋਂ ਵੀ ਅਗਲੀ ਗੱਲ ਹੋਰ ਹੈ ਕਿ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਨੂੰ ਦੁਨੀਆ ਦੀ ਹਰ ਇੱਕ ਸ਼ੈ ਮਿਲੇਗੀ। ਮੇਰਾ ਖਿਆਲ ਕਹਿੰਦਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਹਰ ਚੀਜ਼ ਉਹਨਾਂ ਕੋਲੋਂ ਲੈ ਲੈਣੀ ਚਾਹੀਦੀ ਸੀ। ਲਾਲਚ ਦਿੱਤੀ ਸੀ ਉਹਨਾਂ ਕੋਲੋਂ ਮਹੱਲ, ਉਹਨਾਂ ਕੋਲੋਂ ਗੱਡੀਆਂ, ਘੋੜੇ, ਦੁਨੀਆ, ਮਤਲਬ ਕਿ ਦੁਨੀਆ ਦੀ ਹਰ ਇੱਕ ਚੀਜ਼ ਉਹਨਾਂ ਨੂੰ ਲੈ ਲੈਣੀ ਚਾਹੀਦੀ ਸੀ। ਲੇਕਿਨ ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਇਹ ਕੋਈ ਕਾਮਯਾਬੀ ਨਹੀਂ ਹੈ, ਇਹ ਕੋਈ ਜਿੱਤ ਨਹੀਂ ਹੈ, ਇਹ ਦੁਨੀਆ ਦੇ ਵਿੱਚ ਮਾਲ, ਦੌਲਤ, ਪੈਸਾ, ਹਰ ਚੀਜ਼ ਆ ਜਾਣਾ, ਇਹ ਕੋਈ ਕਾਮਯਾਬੀ ਨਹੀਂ ਹੈ। ਕਾਮਯਾਬੀ ਕੀ ਹੈ? ਉਹਦਾ ਮਕਸਦ ਕੀ ਹੈ? ਉਹਨਾਂ ਨੇ ਸ਼ਹਾਦਤ ਕਿਉਂ ਦਿੱਤੀ ਹੈ? ਇਹਦੀ ਅਸਲ ਵਿੱਚ ਕਾਮਯਾਬੀ ਕੀ ਹੈ? ਕਾਮਯਾਬੀ ਉਹੀ ਹੈ ਕਿ ਹੱਥ ਦੇ ਉੱਤੇ ਫਲਾਉਣਾ, ਬਸ। ਭਾਵੇਂ ਤੁਹਾਡਾ ਮਾਲ ਜਾਨ ਜਾਂਦੀ ਹੈ ਜਾਵੇ, ਤੁਹਾਡਾ ਮਾਲ ਜਾਂਦਾ ਜਾਵੇ, ਤੁਹਾਡੀ ਔਲਾਦ ਜਾਂਦੀ ਹੈ ਜਾਵੇ, ਲੇਕਿਨ ਹੱਥ 'ਤੇ ਖਲੋਵੋਗੇ, ਇਹੋ ਹੀ ਕਾਮਯਾਬੀ ਹੈ। ਇਹੋ ਹੀ ਚੀਜ਼ ਮੌਲਾਨਾ ਉਸਮਾਨ ਲੁਧਿਆਣਵੀ ਸਾਹਿਬ ਨੇ ਇਹੋ ਹੀ ਦੱਸੀ ਹੈ। ਅਤੇ ਬਾਕੀ ਸਾਨੂੰ ਇਹਨਾਂ ਦੀ ਵੀਡੀਓ ਦਾ ਸੁਣ ਕੇ ਇੱਕ ਬੜਾ ਜੋਸ਼ ਅਤੇ ਇੱਕ ਬੜਾ ਜਜ਼ਬਾ ਮਹਿਸੂਸ ਹੁੰਦਿਆ ਵੈ। ਬਾਕੀ ਵੀਡੀਓ ਸਾਨੂੰ ਤਾਂ ਬੜੀ ਜ਼ਿਆਦਾ ਅੱਛੀ ਲੱਗੀ, ਬੜੀ ਹੀ ਇੱਕ ਇਮੋਸ਼ਨਲ ਲੱਗੀ, ਬਿਲਕੁਲ ਸਹੀ ਵੀਡੀਓ ਲੱਗੀ ਹੈ। ਅਤੇ ਬਾਕੀ ਜੋ ਅਸੀਂ ਆਪਣੀ ਮੁਸਲਮਾਨੀਅਤ ਦੀ ਨਜ਼ਰ ਵਿੱਚ ਜੋ ਅਸੀਂ ਸਮਝ ਰਹੇ ਸੀ ਉਹ ਤੁਹਾਨੂੰ ਦੱਸ ਦਿੱਤਾ। ਬਾਕੀ ਤੁਹਾਡਾ ਕੀ ਖਿਆਲ ਹੈ, ਤੁਹਾਡੀ ਕੀ ਰਾਏ ਹੈ, ਤੁਸੀਂ ਕਮੈਂਟ ਬੋਕਸ ਲਾਜ਼ਮੀ ਦੱਸੋ। ਇਸ ਸਿਆਈ ਦੀ ਵੀਡੀਓ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਾਸਤੇ। ਜ਼ਿਆਦਾ ਚਾਹੁੰਦੇ ਹਾਂ, ਅੱਲਾਹ ਹਾਫਿਜ਼।